ਆਮ ਲੋਕਾਂ ਨੂੰ ਫੂਡ ਸੇਫਟੀ ਸੰਬੰਧੀ ਜਾਗਰੂਕ ਕਰਨ ਲਈ ਅਤੇ ਖਾਣ ਪੀਣ ਵਾਲੀਆਂ ਵਸਤਾਂ ਦੀ ਟੈਸਟਿੰਗ ਦੀ ਸਹੂਲਤ ਘਰ ਦੇ ਨਜ਼ਦੀਕ ਦੇਣ ਦੇ ਮਨੋਰਥ ਨਾਲ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਫੂਡ ਸੇਫਟੀ ਵੈਨ ਵੱਖ ਵੱਖ ਜ਼ਿਲ੍ਹਿਆਂ ਵਿੱਚ ਭੇਜੀ ਜਾ ਰਹੀ ਹੈ। ਇਸ ਵੈਨ ਸਮੇਤ ਮਾਹਰ ਫੂਡ ਐਨਾਲਿਸਟਾਂ ਦੀ ਟੀਮ ਦੇ ਫਤਿਹਗੜ੍ਹ ਸਾਹਿਬ ਵਿਖੇ ਪੁੱਜਣ ਤੇ ਜ਼ਿਲ੍ਹੇ ਦੇ ਲੋਕਾਂ ਨੂੰ ਫੂਡ ਸੇਫਟੀ ਬਾਰੇ ਜਾਗਰੂਕ ਕਰਨ ਲਈ ਸਿਵਲ ਸਰਜਨ ਡਾਕਟਰ ਹਰਜਿੰਦਰ ਕੌਰ ਸੋਢੀ ਵੱਲੋਂ ਸਿਵਲ ਹਸਪਤਾਲ ਤੋਂ ਹਰੀ ਝੰਡੀ ਦੇ ਕੇ ਵੱਖ ਵੱਖ ਥਾਵਾਂ ਲਈ ਰਵਾਨਾ ਕੀਤਾ ਗਿਆ। ਜਾਣਕਾਰੀ ਦਿੰਦਿਆਂ ਡਾਕਟਰ ਸੋਢੀ ਨੇ ਦੱਸਿਆ ਕਿ ਇਹ ਫੂਡ ਸੇਫਟੀ ਵੈਨ ਜ਼ਿਲ੍ਹੇ ਵਿੱਚ ਇੱਕ ਮਹੀਨਾ ਰਹੇਗੀ ਅਤੇ ਜ਼ਿਲ੍ਹੇ ਦੇ ਵੱਖ ਵੱਖ ਸ਼ਹਿਰਾਂ ਅਤੇ ਪਿੰਡਾਂ ਵਿੱਚ ਜਾ ਕੇ ਆਮ ਲੋਕਾਂ ਨੂੰ ਫੂਡ ਸੇਫਟੀ ਬਾਰੇ ਜਾਗਰੂਕ ਕਰੇਗੀ। ਸਾਡੇ ਜਿਹੜੇ ਸਿਹਤ ਮੰਤਰੀ ਹੈਗੇ ਆ, ਪ੍ਰਿੰਸੀਪਲ ਸੈਕਟਰੀ ਅਤੇ ਸਾਡੇ MD ਸਰ, ਉਹਨਾਂ ਦਾ ਇੱਕ ਉਪਰਾਲਾ ਹੈ ਕਿ ਲੋਕਾਂ ਨੂੰ ਇਹ ਅਵੇਅਰਨੈਸ ਹੋਏ ਕਿ ਉਹ ਕੀ ਖਾ ਪੀ ਰਹੇ ਨੇ, ਅਤੇ ਇਹਦੇ ਵਿੱਚ ਇਹ ਵੈਨ ਆਈ ਹੈ ਜਿਹੜੀ ਕਿ ਮਾਰਚ ਦੇ ਮਹੀਨੇ ਦੇ ਵਿੱਚ ਸਾਰਾ ਫਤਿਹਗੜ੍ਹ ਡਿਸਟ੍ਰਿਕਟ ਕਵਰ ਕਰੇਗੀ। ਇਹ ਸਾਰਾ ਪਾਣੀ, ਜੂਸ, ਦੁੱਧ, ਕੋਲਡ ਡਰਿੰਕਸ ਵਗੈਰਾ ਟੈਸਟ ਕਰਨਗੇ। ਇਹਦੇ ਲਈ ਜਿਹੜਾ ਵੀ ਚਾਹੇ, ਆਮ ਆਦਮੀ ਸਾਰੇ ਜਿਹੜੇ ਵੀ ਚਾਹਣ, ਉਹ ਇਹ ਚੀਜ਼ ਟੈਸਟ ਕਰਵਾ ਸਕਦੇ ਹੈ, ਤਾਂ ਉਹ ਉਸੇ ਟਾਈਮ ਉਹਨਾਂ ਦਾ ਆਨ ਦਾ ਸਪੋਟ ਰਿਪੋਰਟ ਵੀ ਦੇਣਗੇ ਅਤੇ ਦੱਸਣਗੇ ਵੀ ਉਹ ਕਿੰਨੀ ਕੁ ਪਿਓਰਿਟੀ ਹੈ ਅਤੇ ਉਹ ਖਾਣ ਪੀਣ ਯੋਗ ਹੈ ਕਿ ਨਹੀਂ। ਕੋਸਟ ਵੀ ਕੋਈ ਕਿਤੇ ਲਈ? ਹਾਂਜੀ ਹਾਂਜੀ, 50 rupees ਹੈਗੇ। ਜਿਹੜਾ ਵੀ ਕੋਈ ਚਾਹੇ ਟੈਸਟ ਕਰਨਾ, ਉਹ 50 rupees ਦੇ ਕੇ ਆਪਣਾ ਕੋਈ ਵੀ ਇਹ ਚੀਜ਼ ਟੈਸਟ ਕਰਵਾ ਸਕਦੇ। ਜਿਸ ਤਰ੍ਹਾਂ ਦੁੱਧ ਟੈਸਟ ਕਰਨਗੇ ਜਾਂ ਦੁੱਧ ਦੀ ਲੋ ਕੁਆਲਿਟੀ ਹੈ ਨਾ, ਕੋਈ ਸੈਂਪਲ ਦੇ ਜਾਂ ਚਲਾਨ ਦੇ ਵੀ ਅਧਿਕਾਰ ਹੈਗੇ? ਹਾਂ, ਚਲਾਨ ਵਗੈਰਾ ਉਸ ਟਾਈਮ ਕੁਛ ਨਹੀਂ ਹੋਏਗਾ, ਜਸਟ ਟੈਸਟ ਕਰਕੇ ਉਹਦੀ ਰਿਪੋਰਟ ਦੇਣਗੇ। ਫਿਰ ਇਹਦਾ ਸੈਂਪਲਿੰਗ ਦਾ ਅਧਿਕਾਰ ਤਾਂ ਨਹੀਂ ਹੋਇਆ ਇਹਨਾਂ ਕੋਲ? ਨਹੀਂ, ਸੈਂਪਲਿੰਗ ਜਿਹੜੀ ਹੈ, ਰੂਟੀਨ ਸੈਂਪਲਿੰਗ ਤਾਂ ਸਾਡੇ ਕਰਦੇ ਆ, ਰੂਟੀਨ ਸਾਡਾ ਡਿਪਾਰਟਮੈਂਟ ਰੂਟੀਨ ਸੈਂਪਲਿੰਗ ਕਰਦਾ, ਉਹਨਾਂ ਦਾ ਟਾਰਗੇਟ ਹੁੰਦਾ ਹੈ। ਇਹ ਜਿਹੜੀ ਵੀ ਕੋਈ ਕੰਪਲੇਂਟ ਬੇਸ ਹੁੰਦੀ ਹੈ ਤਾਂ ਉਹ ਅਸੀਂ ਸੈਂਪਲ ਟੈਸਟ ਕਰਦੇ ਹਾਂ, ਉਹ ਸਟੇਟ ਲੈਬੋਰਟਰੀ ਤੋਂ ਟੈਸਟ ਹੋ ਕੇ ਉਹਦੀਆਂ ਰਿਪੋਰਟਾਂ ਵੀ ਆਉਂਦੀਆਂ। ਪਰ ਇਹ ਜਿਹੜਾ ਹੈਗਾ, ਜਸਟ ਲੋਕਾਂ 'ਚ ਅਵੇਅਰਨੈਸ ਫੈਲਾਉਣ ਲਈ ਇਹ ਬਿਆਨ ਇੱਥੇ ਆਈ ਹੈ, ਅਤੇ ਇਹ ਸੈਂਪਲ ਟੈਸਟ ਕਰਕੇ ਸਿਰਫ ਉਹਦੀ ਰਿਪੋਰਟ ਹੀ ਦੇਣਗੇ। ਫਤਿਹਗੜ੍ਹ ਸਾਹਿਬ ਤੋਂ ਪੰਜਾਬੀ ਸਰਗਰਮੀਆਂ ਲਈ ਬਹਾਦਰ ਸਿੰਘ ਟਵਾਣਾ ਦੀ ਰਿਪੋਰਟ।